ਵੱਧ ਜ਼ਿੰਮੇਵਾਰ ਜਿਹੜਾ ਇਸ ਟਾਈਮ ਆ ਸਰਪੰਚੀ ਔਰ ਸ਼ਹਿਰਾਂ ਦੀਆਂ MC ਦੀਆਂ ਇਸ ਟਾਈਮ ਸਾਰਿਆਂ ਦੀਆਂ ਵੋਟਾਂ ਬਣਵਾਈਆਂ ਜਾਂਦੀਆਂ। ਸਿਆਣੇ ਕਰਦੇ ਲੁੱਚਾ ਲੰਡਾ ਚੌਧਰੀ ਤੇ ਗੁੰਡੀ ਰਨ ਪ੍ਰਧਾਨ ਝੰਡੇ ਕੱਢਿਆ ਪੰਜਾਬੀਆਂ ਨੇ ਹਰੇਕ ਜਗ੍ਹਾ ਤੇ ਕੱਢਿਆ, ਦੁਨੀਆਂ ਦੇ ਹਰੇਕ ਕੋਨੇ ਚ ਕੱਢਿਆ। ਹਰ ਸਾਲ ਵਾਰਸੀ ਮਨਾਉਣਗੇ ਤੇਰੇ ਥੱਪੜ ਦੀ ਮੈਂ ਦੱਸਦਾ ਕੀਤੀਆਂ ਤੁਹਾਡੇ ਨਾਲ ਦਿਲ ਦੀਆਂ ਗੱਲਾਂ ਸਾਂਝੀਆਂ ਕੀਤੀਆਂ ਨੇ, ਹੋਪ ਸੋ ਤੁਹਾਨੂੰ ਵਧੀਆ ਲੱਗੀਆਂ ਹੋਣ। ਲਓ ਵੀ ਦੋਸਤੋ ਪ੍ਰੋਗਰਾਮ ਤਾਂ ਸਾਡਾ ਕੁਛ ਨਹੀਂ ਸੀਗਾ ਤੇ ਅੱਜ ਵੀਕਐਂਡ ਆ, ਬੈਟਰੀ ਰੈਡੀ ਕਰਦਾ ਰਾਤ ਨੂੰ ਚੋਰੀਆਂ ਤੇ ਜਾ ਜਿਹੜਾ ਉਹ ਕੰਗਣਾ ਰਣਾਵਤ ਹੈਗੀ ਜਿਹੜੀ ਕੰਗਣਾ, ਕਿਉਂ ਮਤਲਬ ਅਜੇ ਮਿਲਿਆ ਨਹੀਂ ਚੰਗੀ ਤਰ੍ਹਾਂ ਪੰਜਾਬ ਤੋਂ ਰਿਸਪੋਂਸ ਮਿਲਿਆ ਨਹੀਂ, ਉਹ ਤਾਂ ਨਹੀਂ ਟੈਕ ਰਹੀ ਹਜੇ ਤੱਕ, ਹੈਨਾ। ਤੇ ਪੰਜਾਬੀਆਂ ਦਾ ਰਿਸਪੋਂਸ ਜਦੋਂ ਮਿਲਦਾ ਹੁੰਦਾ ਨਾ ਤੇਰੀ ਮੇਰੇ ਕਹਿੰਦਾ ਚੱਲ ਬੋਲ ਕੇ ਪੜਾਅ ਕੱਢ ਲੈਂਦਾ, ਜਿੱਦਾਂ ਰਿਸਪੋਂਸ ਮਿਲਦਾ ਫਿਰ ਤਕੜਾ ਮਿਲਦਾ ਹੁੰਦਾ। ਉਹ ਜਦੋਂ ਵੀ ਲਾਓ ਕੰਟੀਨਿਊ ਹੋ ਗਿਆ ਉਹਦਾ ਮਤਲਬ ਪੰਜਾਬੀ ਪੰਜਾਬੀ ਪੰਜਾਬੀ, ਮੈਨੂੰ ਲੱਗਦਾ ਇਹ ਛੱਡੀ ਹੋਈ ਆ ਵੀ ਤੂੰ ਗੱਲਾਂ ਕਰੀ ਚੱਲ, ਇਹੋ ਜਿਹੀ ਨਫ਼ਰਤ ਤਾਂ ਤੂੰ ਸਿੱਟੀ ਚੱਲ, ਸਾਰੀ ਜ਼ਿੰਦਗੀ ਨਾਲੇ ਅੱਜ ਕੱਲ ਤਾਂ ਸੋਸ਼ਲ ਮੀਡੀਆ ਦਾ ਜ਼ਮਾਨਾ, ਲੋਕਾਂ ਨੇ ਸਰਚ ਕਰਕੇ ਕੱਢ ਲਿਆ ਕਰਨਾ, ਥੱਪੜ ਦੇ ਵਸਦੇ ਨਾਂ ਤੇ ਯਾਦ ਆਇਆ ਕਰੂ, ਹਨਾ। ਤੂੰ ਸਮਝਦੀ ਕਿਤੇ ਵੀ ਪੰਜਾਬੀ ਹਰ ਸਾਲ ਵਾਰਸੀ ਮਨਾਉਣਗੇ ਤੇਰੇ ਥੱਪੜ ਦੀ ਮੈਂ ਦੱਸਦਾ, ਹਾਂ ਹਰ ਸਾਲ ਵਾਰਸੀ ਮਨਾਈ ਜਾਊ ਤੇ ਬੋਲੀ ਚੱਲ ਤੂੰ, ਕੋਈ ਟੈਨਸ਼ਨ ਨੀ। ਝੰਡੇ ਕੱਢਿਆ ਪੰਜਾਬੀਆਂ ਨੇ ਹਰੇਕ ਜਗ੍ਹਾ ਤੇ ਕੱਢਿਆ, ਦੁਨੀਆਂ ਦੇ ਹਰੇਕ ਕੋਨੇ ਚ ਕੱਢਿਆ, ਨਾਲੇ ਇਹਦੇ ਥੱਪੜ ਵੱਜਿਆ ਹੋਇਆ, ਜਿੰਨੀ ਮਰਜ਼ੀ ਨਫ਼ਰਤ ਫੈਲਾਈ ਚੱਲ। ਤੇ ਬਾਕੀ ਰਹਿੰਦੀ ਗੱਲ ਬਈ ਥੋੜਾ ਯਾਰ ਪੰਜਾਬੀਆਂ ਨੂੰ ਵੀ ਸੋਚਣਾ ਚਾਹੀਦਾ, ਬੁੱਤੀ ਚੱਕ ਕੇ ਹਿਮਾਚਲ ਹਿਮਾਚਲ ਹਿਮਾਚਲ, ਇਸ ਤੋਂ ਬਿਨਾਂ ਇਹਨਾਂ ਨੂੰ ਕੁਛ ਮਿਲਦਾ ਨੀ ਗਾ, ਨਾਲੇ ਉੱਥੇ ਪੈਸੇ ਸਪੈਂਡ ਕਰੋ, ਨਾਲੇ ਕੁੱਤੇ ਗਾਣੀ ਕਰਾਓ ਜਾਂ ਨਾਲੇ ਕੁੱਤੇ ਗਾਣੀ ਕਰਾਓ। ਤੁਸੀਂ ਬਾਹਰੋਂ ਆਉਂਦੇ ਹੋ, ਤੁਹਾਡੇ ਕੋਲ ਬਾਹਰੋਂ ਬਚਪਨ ਤੋਂ ਤੁਸੀਂ ਹਿਮਾਚਲ ਸੁਣਿਆ ਹੁੰਦਾ, ਫਿਰ ਆਪਾਂ ਵੱਡੇ ਹੋ ਜਾਂਦੇ, ਪੈਰਾਂ ਤੇ ਖੜ ਜਾਂਦੇ, ਚਾਰ ਪੈਸੇ ਜੇਬ 'ਚ ਆ ਜਾਂਦੇ ਆ, ਬਾਹਰੋਂ ਆਪਾਂ ਇੰਡੀਆ ਜਾਂਦੇ ਹਾਂ ਤੇ ਆਪਾਂ ਨੂੰ ਸ਼ਿਮਲਾ ਜਾਂ ਹਿਮਾਚਲ, ਅੱਜ ਦੋ ਗੱਲਾਂ ਯਾਦ ਆ ਨਾ ਤੁਹਾਨੂੰ, ਹੋਰ ਤੀਜੀ ਕੋਈ ਗੱਲ ਯਾਦ ਆ ਨਹੀਂ ਨਾ। ਨਿਕਲੋ ਇੱਥੋਂ, ਇਹਨੂੰ ਥੋੜ੍ਹਾ ਚੇਂਜ ਕਰੋ, ਤੁਸੀਂ ਆਪਦੀ ਮਤਲਬ ਮਨੀ ਜਿਹੜੀ ਅਰਨ ਕਰਕੇ ਲੈ ਕੇ ਆਏ ਹੋ, ਮਿਹਨਤ ਕਰਕੇ ਕਮਾਈ, ਉੱਥੇ ਤੁਸੀਂ ਲਾਉਂਦੇ ਹੋ, ਹੋਟਲਾਂ 'ਚ ਰਹਿੰਦੇ ਹੋ, ਆਲੂ ਵਾਲੇ ਪਰੌਂਠੇ ਚਰੌਂਠੇ ਸਾਰੇ ਖਾਂਦੇ ਹੋ, ਅਤੇ ਉੱਪਰ ਦੀ ਤੁਸੀਂ ਗਾਲਾਂ ਟੋਕਰਾ ਭਰ ਕੇ, ਨਾਲੇ ਤੁਹਾਨੂੰ ਜਲੀਲ ਕੀਤਾ ਜਾਂਦਾ ਅਤੇ ਨਾਲੇ ਤੁਹਾਨੂੰ ਕੁੱਟਿਆ ਜਾਂਦਾ ਉੱਥੇ ਭੈਣ 'ਚੋਂ ਕੁੱਤਿਆਂ ਵਾਂਗੂ, ਹੈਨਾ। ਅਤੇ ਫਿਰ ਬਾਅਦ ਵਿੱਚ ਤੁਸੀਂ ਵੀਡੀਓ ਕਰਕੇ ਤੁਸੀਂ ਪਾਉਂਦੇ, ਸਾਡੇ ਨਾਲ ਧੱਕਾ ਕਰ ਰਿਹਾ ਜੀ ਹਿਮਾਚਲ ਵਾਲੇ ਟੈਕਸੀ ਵਾਲੇ, ਇੱਦਾਂ ਕਰ ਰਹੇ ਸਾਨੂੰ ਦੁਕਾਨ, ਤੁਸੀਂ ਤੁਹਾਨੂੰ ਕਿਹਨੇ ਇਨਵਾਈਟ ਕੀਤਾ ਉੱਥੇ, ਉਹਨਾਂ ਨੇ ਕੀਤਾ ਇਨਵਾਈਟ, ਨਹੀਂ ਕੀਤਾ ਨਾ, ਤੁਸੀਂ ਫਿਰ ਮੂੰਹ ਚੱਕ ਕੇ ਉੱਥੇ ਕਿਉਂ ਜਾਂਦੇ ਹੋ? ਠੀਕ ਆ ਜਾਣਾ ਬਣਦਾ, ਬਟ ਪਹਿਲਾਂ ਜਦੋਂ ਘੁੰਮਦੇ ਹੁੰਦੇ ਸੀ ਨਾ ਲੋਕ ਤਾਂ ਜਾਂਦੇ ਸੀ ਹਿਮਾਚਲ ਸ਼ਿਮਲਾ ਮਨੀਕਰਨ ਸਾਹਿਬ ਹੋ ਗਿਆ, ਹਨਾ, ਐਂ ਜਾਂਦੇ ਸੀ ਪਹਾੜੀਆਂ 'ਚ ਘੁੰਮਣ ਨੂੰ, ਉਹ ਹੁਣ ਬਹੁਤ ਜਗ੍ਹਾ ਨੇ ਜਿੱਥੇ ਤੁਹਾਡੀ ਇੱਜ਼ਤ ਹੀ ਹੈ ਨਹੀਂ, ਫਿਰ ਤੁਸੀਂ ਕਿਉਂ ਜਾਣਾ ਯਾਰ, ਸਮਝੇ ਗੱਲ? ਪਹਿਲੀ ਗੱਲ ਪੈਸੇ ਵੀ ਲਾਉਣੇ ਤੇ ਇੱਜ਼ਤ ਵੀ ਨਹੀਂ ਕਰਾਉਣੀ, ਤੁਸੀਂ ਫਾਇਦਾ ਕੀ ਹੈ, ਫਾਇਦਾ ਕੀ ਹੈ? ਤੇ ਇਹਨੇ ਭੌਂਕਣੋਂ ਨਹੀਂ ਹਟਣਾ ਜਿੰਨਾ ਚਿਕਰ ਇਹਦਾ ਟੈਨਰ ਚੱਲਦਾ ਨਾ, ਮਤਲਬ ਟਾਈਮ ਇਹਦਾ ਉੱਥੇ ਇਹਦੀ ਪੋਜੀਸ਼ਨ ਦਾ ਕਿਹੋ ਜਿਹੀ ਆ, ਕੀ ਕਰਕੇ ਇੱਥੇ ਤੱਕ ਪਹੁੰਚੀ ਅਤੇ ਬਿਆਨ ਕਿਹੜੇ ਦੇ ਰਹੀ ਹੈ? ਅੱਛਾ ਇੱਕ ਤਾਂ ਇਹ ਸੀ, ਇੱਦਾਂ ਕਹਿੰਦੇ ਜਿਵੇਂ ਸਕੀ ਸਾਵਿਤਰੀ ਹੁੰਦੀ ਹੈ ਇਹ, ਹਾਂ
ਸਿਆਣੇ ਕਰਦੇ ਲੁੱਚਾ ਲੰਡਾ ਚੌਧਰੀ ਤੇ ਗੁੰਡੀ ਰਨ ਪ੍ਰਧਾਨ ਤੇ ਉਹ ਟਾਈਮ ਆ ਗਿਆ ਬਾਬੇ ਤੇ ਉਹੀ ਇਹਦੇ ਪਾਵਰ ਲੋਕਾਂ ਨੇ ਦਿੱਤੀ ਹੱਥ ਚ ਹਾਂ ਟੋਪੀ ਬਣੀ ਆ ਥੱਪੜ ਖਾ ਕੇ ਹਾਂ ਸੌਂ ਚੱਕੀ ਆ ਸੌਂ ਚੱਕੀ ਆ ਤੇ ਏਦਾਂ ਕੰਮ ਚੱਲਦਾ ਇਹਨਾਂ ਦਾ ਤੇ ਆਹ ਸੀਗੀ ਸਾਰੀ ਇੱਕ ਆਹ ਮੈਸੇਜ ਸੀਗਾ ਕੰਗਣਾ ਵਾਲਾ ਤੇ ਦੂਜਾ ਮੈਸੇਜ ਆ ਗਿਆ ਬਈ ਆਪਣਾ ਜਿਹੜਾ ਚੱਲਦਾ ਵਾ ਮੈਸੇਜ ਨੀ ਹੈਗਾ ਇਹ ਸਾਡੇ ਦਿਲ ਦੀ ਗੱਲ ਆ ਮੈਸੇਜ ਮੂਸੇਜ ਸਾਡਾ ਕੌਣ ਫੋਲੋ ਕਰਦਾ ਜਿਹੜੀ ਅੱਜ ਕੱਲ੍ਹ ਪੰਜਾਬ 'ਚ ਵੋਟਾਂ ਚੱਲਦੀਆਂ ਸਰਪੰਚੀ ਦੀਆਂ ਸਮਝ ਗਿਆ ਉਹ ਗੱਲ ਮੈਂ ਇੱਥੇ ਬਹਿ ਕੇ ਕਰੂੰ ਹੁਣ ਥੱਕ ਗਈ ਮੇਰੀ ਬਾਂਹ ਕੈਮਰਾ ਫੜ ਕੇ ਅਤੇ ਦੂਜਾ ਜਿਹੜਾ ਆਪਣਾ ਜਿਹੜਾ ਗੱਲ ਦਿਲ ਦੀ ਆਪਣੇ ਦਿਲ 'ਚ ਗੱਲ ਚੱਲ ਰਹੀ ਅਸੀਂ ਸਾਰਾ ਸੋਸ਼ਲ ਮੀਡੀਆ ਫਰੋਲ ਕੇ ਦੇਖਦੇ ਹਾਂ ਇਸ ਵਕਤ ਹਰ ਇੱਕ ਦੂਜੀ ਵੀਡੀਓ ਉਹੀ ਆ ਜਿਹੜੀਆਂ ਪੰਜਾਬ ਦੇ ਵਿੱਚ ਸਰਪੰਚੀ ਦੀਆਂ ਵੋਟਾਂ ਚੱਲਦੀਆਂ ਇੰਨੀ ਜ਼ਿਆਦਾ ਹਾਈਪ ਕਿਉਂ ਆਈ ਆ ਇਹਨਾਂ ਵੋਟਾਂ ਦੇ ਵਿੱਚ ਬਈ ਹਾਈਪ ਤਾਂ ਹਰ ਸਾਲ ਹੀ ਹੁੰਦੀ ਆ ਅੱਗੇ ਕੀ ਹੁੰਦਾ ਖੜ ਜਾਓ ਪੈਸੇ ਲਾ ਲਓ ਹੁਣ ਗੌਰਮੈਂਟ ਨੇ ਐਲਾਨ ਕਰਤਾ ਵੀ ਸਰਬ ਸੰਮਤੀ ਨਾਲ ਹੋ ਜਾਓ ਤੇ ਪੰਜਾਬੀ ਆਪਣੇ ਫੇਰ ਪੁੱਠਾ ਹੀ ਲੈ ਗਏ ਉਹ ਬੋਲੀਆਂ ਲੱਗਣ ਲੱਗ ਗਈਆਂ ਸਰਬ ਸੰਮਤੀ ਦੀ ਜਗ੍ਹਾ ਮੇਰਾ 2 ਕਰੋੜ ਜੀ ਮੇਰਾ 3 ਕਰੋੜ ਜੀ ਮੇਰਾ 50 ਲੱਖ ਹੁਣ ਇਹ ਸਰਬ ਸੰਮਤੀ ਥੋੜੀ ਰਹੀ ਆ ਇਹਦਾ ਪੈਸੇ ਦਾ ਜ਼ੋਰ ਲੈ ਕੇ ਰਹਿ ਗਿਆ ਜਿਹਦੇ ਕੋਲ ਪੈਸਾ ਉਹ ਲੈ ਜਾਓ ਸਰ ਮੈਨੂੰ ਲੱਗਦਾ ਇੱਥੇ ਜਾਣੀ ਕਿ ਗੌਰਮੈਂਟ ਦੀ ਵੀ ਥੋੜੀ ਜਿਹੀ ਮਤਲਬ ਕਹਿ ਦੇਣਾ ਵੀ ਐਕਸਪੀਰੀਅੰਸ ਘੱਟ ਆ ਉਹਨੇ ਮਤਲਬ ਗੌਰਮੈਂਟ ਨੇ ਡਿਸੀਜਨ ਕੱਢ ਤਾਂ ਦਿੱਤੇ ਲੇਕਿਨ ਇਹਦਾ ਰਿਜ਼ਲਟ ਕੀ ਨਿਕਲਣਾ ਉਹਨੂੰ ਪਤਾ ਨਹੀਂ ਵੀ ਸਾਡੇ ਪੰਜਾਬੀ ਕਿਹੋ ਜਿਹੇ ਨੇ ਔਰ ਕਿੰਨੇ ਤਰ੍ਹਾਂ ਦੇ ਲੋਕ ਰਹਿੰਦੇ ਨੇ ਹਰ ਇੱਕ ਬੰਦੇ ਦੀ ਆਪਦੀ ਸੋਚਣੀ ਆ ਆਪਦੇ ਲੱਗ ਰਿਹਾ ਵਾ ਤੇ ਆਪਦੇ ਬੌਸ ਬਣ ਕੇ ਬੈਠੇ ਹੋਏ ਨੇ ਸਹੀ ਹੈ ਨਾ ਸਰਬ ਸੰਮਤੀ ਨਹੀਂ ਹੋ ਰਹੀ ਇਹ ਸਰਬ ਸੰਮਤੀ ਦੇ ਨਾਂ 'ਤੇ ਸੱਟਾ ਚੱਲ ਰਿਹਾ ਜੂਏਬਾਜ਼ੀ ਚੱਲ ਰਹੀ ਆ ਸਰਪੰਚੀ ਦੀ ਸੀਟ ਲੈਣ ਨੂੰ ਠੀਕ ਆ ਕਰੋੜਾਂ 2-2 ਕਰੋੜ ਤੱਕ ਦੀ ਬੋਲੀ ਲੱਗ ਰਹੀ ਹੈ ਕਿਹੋ ਜਿਹੀ ਸਰਪੰਚੀ ਦੀਆਂ ਵੋਟਾਂ ਹੋ ਗਈਆਂ ਯਾਰ ਜਿਹੜਾ ਬੰਦਾ ਪਿੰਡ ਵਾਲੇ ਵੀ ਉਹ ਚੱਕ ਲਓ ਉਹਨੇ 30 ਲੱਖ ਲਾ ਤਾ ਜੀ ਚਲੋ ਜੀ ਇੱਧਰ ਆਹ ਜਿਹੜੇ ਆਪ ਮੁਹਾਰੇ ਬਣੇ ਹੋਏ ਨੇ ਪੋਡਕਾਸਟਾਂ ਵਾਲੇ ਨਿਊਜ਼ ਚੈਨਲ ਫੋਨ ਕੱਢ ਕੇ ਨਾਲ ਹੀ ਮੂਹਰੇ ਖੜਾ ਕਰ ਦੇਣਾ ਵੀ ਅਸੀਂ ਨਿਊਜ਼ ਚੈਨਲ ਤੋਂ ਆਏ ਹਾਂ ਉਹ ਚੱਕ ਦਿੰਦੇ ਹਾਈਪ ਜੀ ਹੈਡਲਾਈਨ ਉਹਨੇ ਲਾਤੀ ਜੀ 32 ਲੱਖ ਦੀ ਉਹਨੇ ਲਾਤੀ ਜੀ 50 ਲੱਖ ਦੀ ਬੋਲੀ ਠੀਕ ਆ ਉਹ ਜਿਹੜਾ ਬੰਦਾ 50-60 ਲੱਖ ਕਰੋੜ ਤੱਕ ਲੈ ਕੇ ਤੁਹਾਨੂੰ ਬੋਲੀ ਸਰਪੰਚ ਦੀ ਸੀਟ ਲੈ ਰਿਹਾ ਤੁਹਾਨੂੰ ਛੱਡੂਗਾ ਉਹ ਪੂਰਾ ਤਾਂ ਕਰਨਾ ਹੀ ਆ ਬਾਈ ਪੂਰਾ ਕਿਉਂ 3-4 ਗੁਣਾ ਬਣਾਊਗਾ ਹੀ ਅੱਗੇ ਠੀਕ ਆ ਤੁਸੀਂ ਥੋੜੀ ਹੋਣਗੇ ਠੀਕ ਆ ਉਹ ਛੱਡੂਗਾ ਤੁਹਾਨੂੰ ਨਿਚੋੜ ਕੇ ਛੱਡੂ ਕਿਹੜੀ ਤੁਸੀਂ ਉਹਦੇ ਵਿੱਚੋਂ ਉਹਦੇ ਕੋਲੋਂ ਐਕਸਪੈਕਟੇਸ਼ਨ ਆ ਤੁਹਾਨੂੰ ਵੀ ਉਹ ਤੁਹਾਡੀ ਤਰੱਕੀ ਕਰ ਦੂ ਪਿੰਡ ਦੀ ਬਾਈ ਸਰਬ ਸੰਮਤੀ ਦਾ ਮੇਰੇ ਅਕੋਰਡਿੰਗ ਜਿੰਨੀ ਕੁ ਸਮਝ ਆ ਮਤਲਬ ਉਹ ਹੁੰਦਾ ਪਿੰਡ ਦਾ ਸਮਝਦਾਰ ਸਿਆਣਾ ਬੰਦਾ ਈਵਨ ਕੋਈ ਯੰਗ ਹੀ ਹੋਵੇ ਬਈ ਹਾਂ ਉਹ ਵਿਚਰ ਸ਼ੁਰੂ ਤੋਂ ਹੀ ਪਿੰਡ ਦੀ ਸੇਵਾ ਕਰਨ ਨਿਕਲਿਆ ਆ ਵਧੀਆ ਕੰਮ ਕਰਦਾ ਉਹਨੂੰ ਮੋਢੀ ਬਣਾਓ ਉਹਨੂੰ ਥੋੜੀ ਪਾਵਰ ਦਿਓ ਵੀ ਉਹ ਪਾਵਰ ਨਾਲ ਸਾਰੇ ਕੰਮ ਕਰ ਸਕੇ ਉਹ ਹੁੰਦੀ ਆ ਸਰਬ ਸੰਮਤੀ ਇਹ ਹੁੰਦਾ ਵਾ ਬਈ ਧੱਕੇਸ਼ਾਹੀ ਵੀ ਮੈਂ ਲਾਉਣਾ 2 ਕਰੋੜ ਮੇਰੇ ਬਰਾਬਰ ਲਾ ਕੇ ਦਿਖਾਓ ਜਿਹੜਾ ਮੇਰੇ ਬਰਾਬਰ ਲਾਊ ਉਹਨੂੰ ਸਰਪੰਚ ਹੀ ਮਿਲੂ ਉਹ ਸਰਬ ਸੰਮਤੀ ਨਹੀਂ ਹੁੰਦੀ ਇਹਦਾ ਮਤਲਬ ਫਿਰ ਮਾੜੇ ਜਿਹੜਾ ਕੋਈ ਗਰੀਬ ਆ ਕੋਈ ਮਿਡਲ ਕਲਾਸ ਆ ਕੋਈ ਮਾੜਾ ਬੰਦਾ ਉਹ ਸਰਪੰਚੀ ਦਾ ਭੌਲੇ ਜੇ ਤਕੜੇ ਬੰਦੇ ਦੀ ਸਰਪੰਚੀ ਹੋ ਗਈ ਔਰ ਤਕੜਾ ਬੰਦਾ ਥੋੜੀ ਸੁਣੂ ਥੋੜੇ ਛਿੱਤਰ ਮਾਰ ਕੇ ਲੱਗਾ 2 ਕਰੋੜ ਦਿੱਤੇ ਆ ਚੁੱਪ ਕਰਕੇ ਬਹਿ ਜਾ ਜਿਵੇਂ ਕਹੂੰ ਉਵੇਂ ਰਹਿ ਜਿਹੋ ਜੀ ਨਾਲ ਹੀ ਉਹ ਜੀ ਉਹ ਨਾਲੇ ਦੂਜੀ ਗੱਲ ਤੁਹਾਨੂੰ ਦੱਸਾਂ ਮੈਂ ਸਰਪੰਚੀ ਯਾਰ ਤੁਹਾਡੇ ਹਜੇ ਵੀ ਆਹ ਮੈਂ ਹੁਣ ਦੇਖਿਆ ਵੀਡੀਓ ਸਲੀਮ ਕ੍ਰਿਕਟ ਦੀਆਂ ਕਿੱਟਾਂ 'ਤੇ ਫਸੀ ਹੋਈ ਆ ਨਾਲੀਆਂ ਪੱਕੀਆਂ ਕਰਨ 'ਤੇ ਫਸੀ ਹੋਈ ਆ ਉਹ ਯਾਰ ਇੱਥੋਂ ਇਦੋ ਉੱਤੋਂ ਵੀ ਉੱਠੋ ਕੋਈ ਚੱਜ ਦੇ ਸਵਾਲ ਕਰੋ ਉਹਨਾਂ ਨੂੰ ਚੱਜ ਦੇ ਡਿਵੈਲਪਮੈਂਟ ਦੀ ਗੱਲ ਕਰੋ ਐਜੂਕੇਸ਼ਨ ਦੀ ਗੱਲ ਕਰੋ ਹੈਲਥ ਕੇਅਰ ਦੀ ਕਰੋ ਕੋਈ ਜੋਬਾਂ ਲਈ ਕੋਈ ਅੱਛੇ ਭਲਾਈ ਲਈ ਪਿੰਡ 'ਚ ਕੀ ਹੋ ਸਕਦਾ ਠੀਕ ਆ ਨਾ ਇਹੋ ਜਿਹੀ ਗੱਲ ਕਰੋ ਹਜੇ ਵੀ ਤੁਸੀਂ ਉੱਥੇ ਖੜੇ ਹੋ ਯਾਰ ਹੈਂ ਆਹ ਤਾਂ ਤੁਸੀਂ ਖੱਟਿਆ ਮਤਲਬ ਫਿਰ ਠੀਕ ਆ ਜੈਨੂ ਨਾ ਫਿਰ ਉਹ 2 ਕਰੋੜ ਸੈੱਟ ਤੇ ਸਰਪੰਚੀ ਲੈ ਸਮਝ ਗਏ ਲੋਕੀ ਪਿੱਛੇ ਤੁਰ ਪੈਂਦੇ ਆ ਬਾਈ ਹਾਂ ਲੋਕੀ ਉਵੇਂ ਲੱਗਦੇ ਆ ਫਿਰ ਪਿੱਛੇ ਤੇ ਕੰਮ ਖਿੱਚੀ ਤੁਰ ਜਾਂਦਾ ਫਿਰ ਇਹ ਜੀ ਅੱਜ ਕੱਲ੍ਹ ਇਹ ਸਰਪੰਚੀ ਚਾਹੀਦੀ ਯਾਰ ਉਦੋਂ ਤਾਂ ਫਿਰ ਵੋਟਿੰਗ ਵਾਲੀ ਸਹੀ ਆ
ਵੋਟ ਪੈਸੇ ਵਾਲੀ ਸਰਪੰਚ ਹੀ ਹੋ ਗਈ। ਤੁਸੀਂ ਆਹ ਕੰਮ ਛੱਡੋ ਕੰਜਰਖਾਨਾ ਤੇ ਪਹਿਲਾਂ ਵਾਲੀ ਸਹੀ ਆ, ਨਾਲੇ ਡਾਂਗਾ ਸੁੱਟੀ ਹੁੰਦੇ ਸੀ, ਨਾਲੇ 15 ਦਿਨ ਰੌਣਕ ਲੱਗੀ ਹੁੰਦੀ ਸੀ, ਨਾਲੇ ਲੋਕਾਂ ਨੂੰ ਦਾਰੂ ਪੀਣ ਨੂੰ ਮਿਲਦੀ ਸੀ। ਦਾਰੂ ਤਾਂ ਹੁਣ ਵੀ ਮਿਲਣੀ ਆ ਮੈਨੂੰ ਪਤਾ, ਤੇ ਉਹ ਤਾਂ ਰੁਕਣੀ ਨਹੀਂ। ਇੱਕ ਪੰਜਾਬੀ ਨੂੰ ਸਾਰਿਆਂ ਨੂੰ ਵਧਾਈਆਂ ਦੇਣੀਆਂ, ਪੰਜਾਬੀਓ ਤੁਹਾਨੂੰ ਸਾਰਿਆਂ ਨੂੰ ਪੰਜਾਬਦਿਆਂ ਨੂੰ ਵਧਾਈਆਂ। ਆਪਾਂ ਸਾਰਿਆਂ ਨੇ ਬਾਹਰ ਆ ਕੇ ਹੈ ਨਾ, ਅਤੇ ਜੋ ਵੀ ਖੱਟਿਆ ਜੋ ਵੀ ਕਮਾਇਆ ਚੱਲ ਉਹ ਤਾਂ ਆਪਣੇ ਕੋਲ ਹੀ ਰਹਿਣਾ ਹੈ ਨਾ, ਅਤੇ ਜਿਹੜਾ ਪਿੱਛੇ ਆਪਾਂ ਮਤਲਬ ਜਿਹੜਾ ਕਮਾਇਆ। ਅਤੇ ਅੱਜ ਮੈਂ ਸੁਣ ਰਿਹਾ ਸੀ ਨਿਊਜ਼, ਅਤੇ ਇੱਕ ਮਤਲਬ ਪਿੰਡ ਵਿੱਚ ਵੋਟ ਪੰਜਾਬੀਆਂ ਦੀ 950 ਆ ਅਤੇ ਪ੍ਰਵਾਸੀਆਂ ਦੀ 6500 ਆ। ਇਹਦੀ ਤਾਂ ਬਾਈ ਪਾਰਟੀ ਬਣਦੀ ਹੈ, ਜਿੰਨਾ ਬਾਹਰ ਆ ਕੇ ਆਪਾਂ ਕਮਾ ਲਿਆ ਉਹਨਾਂ ਉੱਥੇ ਗਵਾ ਲਿਆ। ਹਾਂ ਇਹ ਚੀਜ਼ ਆ ਮਤਲਬ, ਅਤੇ ਇਹ ਤਾਂ ਸਰਕਲ ਆ ਉੱਥੇ ਜਿੱਥੇ। ਬਾਈ ਇਹ ਵੀ ਇੱਕ ਗੱਲ ਦੱਸਾਂ, ਇੱਕ ਗੱਲ ਦੱਸਾਂ, ਆਹ ਜਿਹੜੀ ਇੰਨੀ ਵੋਟ ਵਧੀ ਆ ਜਾਂ ਪ੍ਰਵਾਸੀ ਵਧੇ ਆ ਨਾ, ਇਹਦੇ ਸਾਰਿਆਂ ਨਾਲੋਂ ਵੱਧ ਜ਼ਿੰਮੇਵਾਰ ਜਿਹੜਾ ਇਸ ਟਾਈਮ ਆ ਸਰਪੰਚੀ ਔਰ ਸ਼ਹਿਰਾਂ ਦੀਆਂ MC ਦੀਆਂ ਵੋਟਾਂ ਜਿਹੜੀਆਂ ਆਉਂਦੀਆਂ ਸਨ, ਵੱਧ ਜ਼ਿੰਮੇਵਾਰ ਉਹ ਆ। ਇਸ ਟਾਈਮ ਸਾਰਿਆਂ ਦੀਆਂ ਵੋਟਾਂ ਬਣਵਾਈਆਂ ਜਾਂਦੀਆਂ, ਉਹ ਤੇਰੀ ਬਣਵਾ ਦਿੰਦਾ ਮੈਂ, ਇੱਧਰ ਪਾ ਦਿਓ ਕਿੰਨੀਆਂ ਵੋਟਾਂ ਤੁਹਾਡੀਆਂ, 8 ਸਰਦਾਰ ਜੀ 8 ਬਣਵਾਓ ਮੈਨੂੰ ਪਾਉਣੀਆਂ, ਠੀਕ ਆ। ਐਂ ਕਰ ਕਰਕੇ ਵੋਟਾਂ ਬਣੀਆਂ ਸਾਡੇ ਆਪਣੇ ਸਾਹਮਣੇ ਬਣਿਆ ਜਦੋਂ ਆਪਾਂ ਉੱਥੇ ਹੁੰਦੇ, ਐਂ ਬਣਦੀਆਂ ਸੀ ਉਹਨਾਂ ਦੀਆਂ। ਇਹ ਸਾਰਿਆਂ ਨਾਲੋਂ ਵੱਡੀ ਜ਼ਿੰਮੇਵਾਰੀ ਸਰਪੰਚੀ ਦੀਆਂ ਵੋਟਾਂ, MC ਦੀਆਂ ਵੋਟਾਂ, ਜਿਹਦੇ ਕਰਕੇ ਪ੍ਰਵਾਸੀਆਂ ਦੀਆਂ ਇੰਨੀਆਂ ਵੋਟਾਂ ਬਣੀਆਂ। ਅੱਜ ਇੱਕ ਪਿੰਡ ਦੇ ਵਿੱਚ 900 ਪੰਜਾਬੀ ਆ ਅਤੇ ਪ੍ਰਵਾਸੀ 6500, ਬਣਾ ਲਓ ਸਰਪੰਚ, ਕਿਵੇਂ ਬਣਾ ਲਓਗੇ ਜੇ ਕਾਨੂੰਨ ਦੇ ਅਦਾਰੇ 'ਚ ਰਹਿ ਕੇ ਬਣਾਉਣਾ ਹੋਵੇ? ਨਹੀਂ ਬਣਾ ਸਕਦੇ। ਇਹ ਅੱਜ ਦਾ ਨਹੀਂ ਸਿਸਟਮ ਚੱਲਿਆ ਆਉਂਦਾ, ਪਿਛਲੇ 20-25 ਸਾਲਾਂ ਤੋਂ ਚੱਲਿਆ ਆਉਂਦਾ। ਬਣਾ ਦਿਓ ਜੀ ਵੋਟਾਂ ਆ ਗਈਆਂ, MC ਦੀਆਂ ਜਦੋਂ ਵੋਟਾਂ ਹੁੰਦੀਆਂ ਅਸੀਂ ਖੁਦ ਅੱਖੀ ਦੇਖਿਆ, MC ਨੇ ਆ ਕੇ ਕਿਸੇ ਮੁਹੱਲੇ ਦੀ ਜਾਂ ਬੁੜੀ ਨੂੰ ਜਾਂ ਬੰਦੇ ਨੂੰ ਕਹਿਣਾ ਵੀ ਇੱਦਾਂ, ਆਪ ਉਹਨੂੰ ਪ੍ਰਧਾਨ ਜੀ ਕਹਿਣਾ ਅਤੇ ਉਹਨੇ ਮੂਹਰੇ ਚਾਂਬੜ ਕੇ ਚਲੋ ਜੀ ਬਣਾਉਂਦੇ ਹਾਂ, ਸਾਡੇ ਪਿੱਛੇ ਹੈਗੀਆਂ 150 ਵੋਟਾਂ ਜੀ, ਸਾਡੇ ਪਿੱਛੇ ਹੈਗੀਆਂ 50 ਵੋਟਾਂ, ਉਹਨਾਂ ਦੇ ਸਾਥ ਇਕੱਠੇ ਕਰਕੇ ਲਓ ਜੀ ਸਟੈਂਪਾਂ ਠੱਪ 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 ਲਾ ਕੇ। ਪਿਛਲੇ 20-25 ਸਾਲਾਂ ਤੋਂ ਚੱਲਿਆ ਆਉਂਦਾ ਇਹ, ਹੁਣ ਪੂਰਾ ਸਿਰੇ ਤੇ ਚੜ੍ਹ ਗਿਆ, ਹੁਣ ਚੀਕ ਨਹੀਂ ਮਾਰਨੀ ਕਿਸੇ ਨੇ। ਪੰਜਾਬੀਆਂ ਨੂੰ ਸਿੱਧਾ ਤਾਂ ਢਾਇਆ ਨਹੀਂ ਜਾ ਸਕਦਾ, ਇਹ ਤਰੀਕੇ ਆ ਢਾਉਣ ਦੇ, ਇਹ ਜਿਹੜੇ ਅੱਜ ਤੋਂ ਨਹੀਂ ਬਹੁਤ ਸਾਲਾਂ ਤੋਂ ਅਪਣਾਏ ਜਾ ਰਹੇ ਆ। ਹਾਂ ਹੈ, ਨਸ਼ਾ ਫੈਲਾ ਦਿਓ, ਇਹ ਫੈਲਾ ਦਿਓ, ਆਹ ਟਿਕਟੋਕ ਫੈਲਾ ਦਿਓ, ਪ੍ਰਵਾਸੀ ਫੈਲਾ ਦਿਓ, ਜਦ ਵਿੱਚ ਪਿੱਛੇ ਕੋਈ ਬਚਣਾ ਹੀ ਨਹੀਂ ਬਾਈ, ਹੈ ਨਾ, ਆਪੇ ਢਹਿ ਗਿਆ ਪੰਜਾਬੀ। ਇਹ ਨਾ ਸੋਚੋ ਵੀ ਅਗਲੇ ਅਗਰ ਦੂਰ ਕਿਤੇ ਕਿਸੇ ਘਰ ਨੂੰ ਅੱਗ ਲੱਗੀ ਹੈ ਤਾਂ ਤੁਹਾਡੇ ਘਰ ਤੱਕ ਨਹੀਂ ਪਹੁੰਚ ਸਕਦੀ, ਸਾਡੇ ਕਿਹੜਾ ਘਰੇ ਲੱਗੀ ਹੈ ਵੀ ਚੁੱਪ ਕਰਕੇ ਖਾਮੋਸ਼ ਹੋ ਜਾਓ, ਪਹੁੰਚੀ ਲਓ, ਮਤਲਬ ਸੇਕ ਤਾਂ ਪਹੁੰਚੂਗਾ ਪੰਜਾਬ, ਹੈ ਨਾ, ਸੇਕ ਤਾਂ ਪਹੁੰਚੂਗਾ। ਥੋੜਾ ਬਾਹਰ ਬਹਿ ਕੇ ਨਾ ਪੰਜਾਬ ਤੋਂ ਬਹਿ ਕੇ ਪੰਜਾਬ ਘਰ ਹੀ ਲੱਗਣ ਲੱਗ ਗਿਆ ਹੁੰਦਾ। ਹਾਂ ਜਿਹੜੇ ਬਾਹਰ ਬਹਿ ਕੇ ਘਰ ਘਰ ਲੱਗਦਾ, ਹੁਣ ਪੂਰਾ ਪੰਜਾਬ ਹੀ ਘਰ ਆ, ਕਿਤੇ ਵੀ ਗੱਲ ਹੁੰਦੀ ਆ ਕਰ ਕੁਛ ਨਹੀਂ ਸਕਦੇ, ਬੋਲ ਸਕਦੇ ਆ, ਦੁੱਖ ਜ਼ਰੂਰ ਹੁੰਦਾ ਵਾ ਬਈ ਕਿੱਥੋਂ ਕਿੱਧਰ ਨੂੰ ਚਲੇ ਜਾ ਰਹੇ, ਕਿਉਂਕਿ ਬਾਹਰ ਆ ਕੇ ਨਾ ਪੰਜਾਬੀਆਂ ਦੀਆਂ ਪੰਜਾਬ ਦੀਆਂ ਐਗਜ਼ਾਮਪਲ ਬਹੁਤ ਸੁਣੀਆਂ ਵਾ। ਹਾਂ ਉਹ ਵੀ ਦੂਸਰੀ ਕੰਟਰੀ ਵਾਲਿਆਂ ਤੋਂ, ਦੂਸਰੀ ਕੰਟਰੀ ਤੋਂ, ਦੂਸਰੀ ਸਟੇਟ ਤੋਂ ਪੰਜਾਬੀਆਂ ਦੀਆਂ ਐਗਜ਼ਾਮਪਲਾਂ ਬਹੁਤ ਸੁਣੀਆਂ ਤੇ ਅੱਜ ਵੀ ਸੁਣ ਰਹੇ ਹਾਂ, ਤੇ ਅੱਗੇ ਐਗਜ਼ਾਮਪਲਾਂ ਰਹਿਣੀਆਂ ਨਹੀਂ ਗੀਆਂ ਆਪਣੀਆਂ, ਖਤਮ ਆ ਬਸ ਹੁਣ, ਮੈਨੂੰ ਲੱਗਦਾ ਸਿਸਟਮ ਖਤਮ ਆ। ਤੇ ਅੱਜ ਕੱਲ੍ਹ ਆਪਾਂ ਦੇਖ ਹੀ ਰਹੇ ਹਾਂ ਬਈ ਕਿੱਧਰ ਨੂੰ ਦੁਨੀਆ ਜਾ ਰਹੀ ਆ। ਇਹੀ ਸਾਡੇ ਮਤਲਬ ਦੋ ਕੁ ਮਤਲਬ ਦਿਲ ਦੇ ਵਿੱਚ ਗੱਲਾਂ ਚੱਲਦੀਆਂ ਸੀਗੀਆਂ, ਤੁਹਾਨੂੰ ਬੋਲ ਕੇ ਦੱਸਤੀਆਂ, ਤੇ ਜਿਹਨੂੰ ਪਸੰਦ ਆਈਆਂ ਤਾਂ ਲਾਈਕ ਕਰ ਦਿਓ, ਜੇ ਨਹੀਂ ਆਈਆਂ ਤਾਂ ਸਕਿਪ ਕਰ ਦਿਓ। ਯਾਰ ਆਪਣੇ ਯਾਰ ਸਕਾਫੀਆਂ ਦੇ ਦਿਲਾਂ 'ਚ ਹੋਣਗੇ ਗੱਲਾਂ, ਸਪੈਸ਼ਲੀ ਜਿਹੜੇ ਬਾਹਰ ਵੱਸਦੇ ਆ, ਤੇ ਤਾਂ ਮੈਨੂੰ ਪਤਾ ਸਾਰਿਆਂ ਨੂੰ ਚੰਗੀਆਂ ਤਾਂ ਨਹੀਂ ਲੱਗਦੀਆਂ ਇਹ ਗੱਲਾਂ ਜਿਹੜੀਆਂ ਅਸੀਂ ਕੀਤੀਆਂ ਨੇ, ਮਤਲਬ ਜਿਵੇਂ ਸਾਡਾ ਦਿਲ ਦੁਖਦਾ ਵਾ ਉਵੇਂ ਬਾਹਰ ਬੈਠਿਆਂ ਦਾ ਹਰ ਇੱਕ ਦਾ ਦਿਲ ਦੁਖਦਾ ਹੋਣਾ ਵੀ ਕਿੱਧਰ ਨੂੰ ਚੀਜ਼ ਇੱਕੋ ਦਮ ਚੇਂਜ ਹੋ ਗਈ ਵਿਦਇਨ 5 ਈਅਰ, ਹੈ ਨਾ, 5-6 ਸਾਲਾਂ ਦੇ ਵਿੱਚ ਮਤਲਬ ਕੀ ਚੇਂਜ ਹੋ ਗਿਆ। ਕਰੋਨਾ ਤੋਂ ਬਾਅਦ ਤਾਂ ਸਾਰਾ ਮਤਲਬ ਇੱਕੋ ਦਮ ਹੀ ਗੇਮ ਹੀ ਪਲਟ ਗਈ, ਹੈ ਨਾ, ਅਤੇ ਇਹ ਚੀਜ਼ ਲੈ ਕੇ
ਬਸ ਆਹ ਦੋ ਗੱਲਾਂ ਚਾਰ ਗੱਲਾਂ ਸੀਗੀਆਂ ਜਿਹੜੀਆਂ ਅਸੀਂ ਕੀਤੀਆਂ ਤੁਹਾਡੇ ਨਾਲ, ਦਿਲ ਦੀਆਂ ਗੱਲਾਂ ਸਾਂਝੀਆਂ ਕੀਤੀਆਂ ਨੇ, ਹੋਪ ਸੋ ਤੁਹਾਨੂੰ ਵਧੀਆ ਲੱਗੀਆਂ ਹੋਣ। ਇਹਦੇ ਨਾਲ ਆਪਾਂ ਵੀਡੀਓ ਦਾ ਕਰਦੇ ਹਾਂ ਐਂਡ, ਹੁਣ ਹੀ ਅਪਲੋਡ ਕਰ ਦੇਣੀ ਹੈ ਯੂਟਿਊਬ 'ਤੇ, ਆਪ ਦੇਖ ਲਿਓ ਸਾਡੇ ਚੈਨਲ 'ਤੇ ਡੂਬਰੂ ਵਲੌਗ ਦੇ ਉੱਤੇ। ਚੰਗਾ, ਬਾਬਾ।